ਵੀਡੀਓ ਦੇਖਣ ਤੋਂ ਪਹਿਲਾਂ ਸੱਚ ਦਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਜਰੂਰ ਕਲਿੱਕ ਕਰੋ। ਵਿਊ ਉਸ ਬੰਦੇ ਬਾਰੇ ਦਿੱਤੇ ਜਾਂਦੇ ਜਿਹਦੇ ਵਿੱਚ ਕੋਈ ਟੈਲੈਂਟ ਹੋਵੇ। ਇਹ ਮਾਨਸਿਕ ਰੋਗੀ ਬੱਚਾ ਹੈ, ਇਹ ਤਾਂ ਜਿਹਦੇ ਮਗਰ ਲਾ ਲਿਆ ਜਿਹਨੇ ਉਵੇਂ ਬੋਲਤਾ ਇਹਨੇ। ਦੇਖੋ ਜਿਵੇਂ ਬੱਬੂ ਮਾਨ ਜੀ ਨੇ ਦਰਸ਼ਨ ਲੱਖੇਵਾਲ ਨੂੰ ਚੱਕਿਆ ਸੀ, ਉਸ ਬੰਦੇ ਵਿੱਚ ਕਿੰਨੇ ਗੁਣ ਸੀ, ਕਿੱਡੀ ਵਧੀਆ ਆਵਾਜ਼ ਸੀ, ਅਤੇ ਉਸ ਬੰਦੇ ਦੇ ਵਿੱਚ ਜੋ ਵੀ ਕੁਛ ਸੀ ਅਤੇ ਉਹਨੂੰ ਅੱਜ ਉਹ ਬੱਬੂ ਮਾਨ ਜੀ ਨੇ ਸਿਰੇ ਪਹੁੰਚਾਇਆ। ਇਸ ਬੰਦੇ ਵਿੱਚ ਕੋਈ ਟੈਲੈਂਟ ਨਹੀਂ ਹੈ, ਕੋਈ ਸੁਰਤਾਲ ਨਹੀਂ ਹੈ, ਇਹਨੇ ਤਾਂ ਬਸ ਤੁਸੀਂ ਇਹ ਦੇਖੋ ਵੀ ਇਹਨੇ ਆਪਣਾ, ਤੁਸੀਂ ਇਹ ਦੇਖ ਲਓ ਸਿੱਖੀ ਰੂਪ ਦੇ ਵਿੱਚ ਇਹਨੇ ਕਿੰਨਾ ਗਲਤ ਸ਼ਬਦ ਬੋਲੇ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਮੁੱਖ ਮੰਤਰੀ ਬਾਰੇ ਕੀ ਕਹੋਗੇ? ਬਾਈ ਜੀ, ਇਸ ਬੰਦੇ ਬਾਰੇ ਆਪਾਂ ਕੀ ਕਹਿਣਾ ਹੈ? ਵਿਊ ਉਸ ਬੰਦੇ ਬਾਰੇ ਦਿੱਤੇ ਜਾਂਦੇ ਜਿਹਦੇ ਵਿੱਚ ਕੋਈ ਟੈਲੈਂਟ ਹੋਵੇ। ਇਹ ਮਾਨਸਿਕ ਰੋਗੀ ਬੱਚਾ ਹੈ, ਇਹ ਤਾਂ ਜਿਹਦੇ ਮਗਰ ਲਾ ਲਿਆ ਜਿਹਨੇ ਉਵੇਂ ਬੋਲਤਾ ਇਹਨੇ। ਦੇਖੋ ਜਿਵੇਂ ਬੱਬੂ ਮਾਨ ਜੀ ਨੇ ਦਰਸ਼ਨ ਲੱਖੇਵਾਲ ਨੂੰ ਚੱਕਿਆ ਸੀ, ਉਸ ਬੰਦੇ ਵਿੱਚ ਕਿੰਨੇ ਗੁਣ ਸੀ, ਕਿੱਡੀ ਵਧੀਆ ਆਵਾਜ਼ ਸੀ, ਅਤੇ ਉਸ ਬੰਦੇ ਦੇ ਵਿੱਚ ਜੋ ਵੀ ਕੁਛ ਸੀ ਅਤੇ ਉਹਨੂੰ ਅੱਜ ਉਹ ਬੱਬੂ ਮਾਨ ਜੀ ਨੇ ਸਿਰੇ ਪਹੁੰਚਾਇਆ। ਇਸ ਬੰਦੇ ਵਿੱਚ ਕੋਈ ਟੈਲੈਂਟ ਨਹੀਂ ਹੈ, ਕੋਈ ਸੁਰਤਾਲ ਨਹੀਂ ਹੈ, ਇਹਨੇ ਤਾਂ ਬਸ ਤੁਸੀਂ ਇਹ ਦੇਖੋ ਵੀ ਇਹਨੇ ਆਪਣਾ, ਤੁਸੀਂ ਇਹ ਦੇਖ ਲਓ ਸਿੱਖੀ ਰੂਪ ਦੇ ਵਿੱਚ ਇਹਨੇ ਕਿੰਨਾ ਗਲਤ ਸ਼ਬਦ ਬੋਲੇ ਹੈ। ਠੀਕ ਹੈ, ਇਹਦੇ ਕਕਾਰ ਲਵਾਉਣਾ ਬਹੁਤ ਗਲਤ ਗੱਲ ਹੈ, ਉਹਦੇ ਲਈ ਆਪਾਂ ਮੰਨਦੇ ਹਾਂ ਵੀ ਕਕਾਰ ਨਹੀਂ ਲਵਾਉਣੇ ਚਾਹੀਦੇ ਸੀ, ਪਰ ਜੋ ਵੀ ਬਾਈ ਜੀ ਇਹ ਪੱਗ ਬੰਨ੍ਹ ਕੇ ਗਾਤਰਾ ਪਾ ਕੇ ਜੋ ਇਹਨੇ ਗਲਤ ਸ਼ਬਦ ਇਸਤੇਮਾਲ ਕੀਤੇ ਉਹ ਇਹਨੂੰ ਨਹੀਂ ਕਰਨੇ ਚਾਹੀਦੇ ਸੀ। ਆਪਾਂ ਕਹਿੰਦੇ ਜੇ ਸਪੋਰਟ ਕਰਨੀ ਹੈ ਤਾਂ ਕਿਸੇ ਚੰਗੇ ਟੈਲੈਂਟ ਵਾਲੇ ਦੀ। ਚਾਹ ਮੈਂ ਤਾਂ ਯਾਰ ਇਸ ਗੱਲ ਤੋਂ ਹੈਰਾਨ ਹਾਂ ਬਾਈ ਜੀ, ਮੈਂ ਤਾਂ ਬਾਈ ਜੀ ਇਸ ਗੱਲ ਤੋਂ ਹੈਰਾਨ ਹਾਂ ਵੀ ਚੰਗੇ ਗਾਇਕ ਇਹੋ ਜਿਹੇ ਗਾਇਕਾਂ ਦੀ ਸਪੋਰਟ ਕਿਉਂ ਕਰਦੇ ਆ, ਉਹ ਇਹਨਾਂ ਦੇ ਖਿਲਾਫ਼ ਕਿਉਂ ਨਹੀਂ ਬੋਲਦੇ ਵੀ ਆਪਾਂ ਇਹਨਾਂ ਦੀ ਸਪੋਰਟ ਕਰੀ ਜਾਂਦੇ ਹਾਂ, ਐਵੇਂ ਇਹਨਾਂ ਨੂੰ ਚੱਕ ਕੇ ਤਾਂ ਚੜ੍ਹਾ ਦਿੰਦੇ ਹਾਂ, ਇਹਨਾਂ ਵਿੱਚ ਕੀ ਟੈਲੈਂਟ ਦੇਖਿਆ ਉਹਨਾਂ ਨੇ, ਇਹ ਗਲਤ ਆ ਸਾਰਾ ਕੁਛ, ਇਹ ਇਹੋ ਜਿਹਾ ਕੁਛ ਨਹੀਂ ਕਰਨਾ ਚਾਹੀਦਾ। ਜਿਹਦੇ ਵਿੱਚ ਟੈਲੈਂਟ ਆ ਮੌਕਾ ਉਸੇ ਨੂੰ ਦਿੱਤਾ ਜਾਣਾ ਚਾਹੀਦਾ।